2 ਸਾਲਾਂ ਮਾਸੂਮ ਫਤਿਹਵੀਰ ਦੀ ਮੌਤ ਹਾਲੇ ਵੀ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਨਾ ਤਾਂ ਜਗਾ ਸਕੀ ਹੈ ਤੇ ਨਾ ਹੀ ਪ੍ਰਸ਼ਾਸਨ ਦੀਆਂ ਅੱਖਾਂ ਖੋਲ ਸਕੀ ਹੈ। ਪੰਜਾਬ ਸਰਕਾਰ ਨੇ ਹਰ ਇੱਕ ਜ਼ਿਲ੍ਹਾ ਸ਼ਹਿਰ ਪ੍ਰਸ਼ਾਸਨ ਨੂੰ ਆਦੇਸ਼ ਦਿੱਤੇ ਸੀ ਕਿ ਆਪਣੇ ਇਲਾਕਿਆਂ 'ਚ ਸਾਰੇ ਖੁੱਲ੍ਹੇ ਬੋਰਵੈੱਲ ਬੰਦ ਕਰ ਦਿੱਤੇ ਜਾਣ। ਕੁਛ ਹੱਦ ਤੱਕ ਭਾਵੇਂ ਇਹ ਬੋਰਵੈੱਲ ਬੰਦ ਵੀ ਹੋਏ ਹੋਣ, ਪਰ ਫਿਰ ਵੀ ਹਰ ਦਿਨ ਕਿਤੇ ਨਾ ਕਿਤੇ ਖੁੱਲ੍ਹੇ ਬੋਰਵੈੱਲ ਦੇਖਣ ਨੂੰ ਮਿਲ ਰਹੇ ਨੇ, ਜੋ ਕਿ ਹਾਦਸਿਆਂ ਨੂੰ ਸੱਦਾ ਵੀ ਦੇ ਰਹੇ ਨੇ। ਅਜਿਹੀ ਇੱਕ ਅਣਗਹਿਲੀ ਦੀ ਕਹਾਣੀ ਸਾਹਮਣੇ ਆਈ ਹੈ ਮਾਨਸਾ ਦੇ ਪਿੰਡ ਖਿਆਲਾ ਦੀ, ਜਿੱਥੇ ਕੁਝ ਖੁੱਲ੍ਹੇ ਬੋਰਵੈੱਲ ਦੇਖਣ ਨੂੰ ਮਿਲ ਰਹੇ ਨੇ। ਧਿਆਨ ਦੇ ਵਿੱਚ ਆਇਆ ਸੀਗਾ ਪਿਛਲੇ ਦਿਨਾਂ ਦੇ ਵਿੱਚ ਖਿਆਲਾਂ ਦੇ ਪਿੰਡ ਦੇ ਵਿੱਚ 2 ਬੋਰਵੈੱਲ ਪ੍ਰਾਈਵੇਟ ਲੈਂਡ ਦੇ ਵਿੱਚ ਖੁੱਲ੍ਹੇ ਪਾਏ ਗਏ ਸੀਗੇ ਅਤੇ ਅਸੀਂ ਉਹ ਆਈਡੈਂਟੀਫਾਈ ਕਰਕੇ ਇੱਕ ਵਾਰ ਨੂੰ ਬੰਦ ਕਰਵਾ ਦਿੱਤੇ ਆ, ਪਰ ਕਿਉਂਕਿ ਉਹ ਪ੍ਰਾਈਵੇਟ ਲੈਂਡ ਦੇ ਵਿੱਚ ਸੀਗੇ ਇਸ ਲਈ ਜਿਨ੍ਹਾਂ ਦੇ ਬੋਰਵੈੱਲ ਸੀ ਉਹਨਾਂ ਦੀ ਜ਼ਿੰਮੇਦਾਰੀ ਬਣਦੀ ਸੀ ਉਹਨਾਂ ਨੂੰ ਬੰਦ ਕਰਨਾ। 144 ਦੇ ਹੁਕਮ ਵੀ ਹੋਏ ਹੋਏ ਸੀਗੇ ਡਿਸਟ੍ਰਿਕਟ ਆਫਿਸ ਵੱਲੋਂ, ਜਿਸ ਦੀ ਇਹ ਉਲੰਘਣਾ ਸੀ, ਇਸ ਕਰਕੇ ਉਹਨਾਂ 'ਤੇ FIR ਕਰਨ ਦੇ ਹੁਕਮ ਦੇ ਦਿੱਤੇ। ਕੀ ਇਹਦੇ ਵਿੱਚ ਕੋਈ ਅਧਿਕਾਰੀਆਂ 'ਤੇ ਵੀ ਕਾਰਵਾਈ ਹੋਈ ਜਿਨ੍ਹਾਂ ਨੇ ਕਲੀਨ ਚਿੱਟ ਦਿੱਤੀ ਸੀ ਮਾਨਸਾ ਦੇ ਵਿੱਚ ਸਾਰੇ ਬੋਰਵੈੱਲ ਬੰਦ ਹੋ ਚੁੱਕੇ ਨੇ? ਉਹਨਾਂ ਦੇ ਜਿਹੜੀ ਅਧਿਕਾਰੀਆਂ ਦੀ ਰਿਪੋਰਟ ਸੀ ਉਹ ਅੱਜ ਤੋਂ ਕੁਛ ਹਫ਼ਤੇ ਪਹਿਲਾਂ ਦੀ ਸੀ, ਬੋਰਵੈੱਲ ਬਾਅਦ 'ਚੋਂ ਵੀ ਬਣਾਏ ਜਾ ਸਕਦੇ ਨੇ, ਅਤੇ ਉਹ ਜਿਹੜੀ ਰਿਪੋਰਟ ਸੀ ਉਹ ਕਿਸੇ ਦੇ ਘਰ ਦੇ ਵਿੱਚ ਜਾ ਕੇ ਬੋਰਵੈੱਲ ਦੇਖਣ ਦੀ ਨਹੀਂ ਸੀ। ਇਹ ਜਿਨ੍ਹਾਂ ਦੇ ਪ੍ਰਾਈਵੇਟ ਘਰਾਂ ਦੇ ਵਿੱਚ ਬੋਰਵੈੱਲ ਹੈਗੇ ਆ ਜਾਂ ਪ੍ਰਾਈਵੇਟ ਲੈਂਡ ਦੇ ਉੱਤੇ ਆ, ਇਹ ਜ਼ਿੰਮੇਦਾਰੀ ਉਹਨਾਂ ਦੀ ਆਪਦੀ ਸੀ। ਡੀਸੀ ਨੇ ਮਾਨਸਾ ਦੇ SSP ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਇਹਨਾਂ ਖੁੱਲ੍ਹੇ ਬੋਰਵੈੱਲ ਨੂੰ ਜਲਦ ਹੀ ਬੰਦ ਕਰ ਦੇਣ। DC ਦਾ ਇਹ ਕਹਿਣਾ ਵੀ ਹੈ ਕਿ ਜਿਹੜੇ ਬੋਰਵੈੱਲ ਲੋਕਾਂ ਨੇ ਆਪਣੀ ਨਿੱਜੀ ਥਾਂ ਜਾਂ ਘਰਾਂ 'ਚ ਬਣਾਏ ਹੋਏ ਨੇ ਉੱਥੇ ਤੱਕ ਪ੍ਰਸ਼ਾਸਨ ਨਹੀਂ ਪਹੁੰਚ ਪਾਉਂਦਾ, ਇਸ ਲਈ ਲੋਕਾਂ ਨੂੰ ਵੀ ਆਪ ਸੁਚੇਤ ਹੋਣਾ ਪਵੇਗਾ। ਮਾਨਸਾ ਤੋਂ ਮਨੀਸ਼ ਕੁਮਾਰ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9563 9563।